ਕਾਲੀਆਂ ਚਿੱਟੀਆਂ ਖੱਟੀਆਂ ਮਿੱਟੀਆਂ ਆਉਣ ਲੱਗੀਆਂ ਖਬਰਾਂ, ਅੱਜ ਕੱਲ ਆਉਣ ਲੱਗੀਆਂ ਖਬਰਾਂ, ਕੈਰੀ ਆਉਣ ਖਬਰਾਂ, ਕੈਰੀ ਆਉਣ ਖਬਰਾਂ, ਕੈਰੀ ਆਉਣ, ਕੈਰੀ ਆਉਣ, ਕੈਰੀ ਆਉਣ ਖਬਰਾਂ, ਕੈਰੀ ਆਉਣ ਖਬਰਾਂ, ਕੈਰੀ ਆਉਣ ਖਬਰਾਂ, ਕੈਰੀ ਆਉਣ, ਕੈਰੀ ਆਉਣ, ਕੈਰੀ ਆਉਣ ਖਬਰਾਂ, ਅਜੇ 2 ਮਿੰਟ ਰੁਕ ਜਾ, ਕੈਮਰਾ ਓਨ ਨਾ ਕਰੀ, ਮੇਰੇ 2 ਘੁੱਟ 4 ਹੈਗੀ ਬਸ, ਠੀਕ ਆ? ਤੂੰ ਪੀ ਲਈ ਆ? ਮੈਂ ਤਾਂ ਕਦੋਂ ਦੀ ਪੀ ਲਈ? ਕਦੋਂ ਦੀ? ਅਤੇ ਫਿਰ ਆ ਕੀ ਕਰਦਾ ਮੈਂ? ਮੈਂ ਤਾਂ ਤੁਹਾਨੂੰ ਕੰਪਨੀ ਦੇ ਰਿਹਾ, ਤੁਹਾਨੂੰ ਇਕੱਲਾ ਫੀਲ ਨਾ ਹੋਵੇ। ਯਾਰ ਬੜਾ ਤੱਤਾ ਹੋਇਆ ਫਿਰਦਾ ਤੂੰ, ਉਹ ਇੰਨੀ ਗਰਮ ਚਾਹ ਪੀ ਗਿਆ। ਮੈਂ ਨਾ ਚਾਹ ਨੂੰ ਠੰਡੇ ਨਹੀਂ ਹੋਣ ਦਿੰਦਾ ਭਾਅ ਜੀ, ਕਿਉਂਕਿ ਜਦੋਂ ਚਾਹ ਠੰਡੀ ਹੁੰਦੀ ਨਾ, ਉੱਤੇ ਜੰਮ ਜਾਂਦੀ ਮਲਾਈ, ਫਿਰ ਮੈਂ ਕਨਫਿਊਜ਼ ਹੋ ਜਾਂਦਾ ਕਿ ਪਹਿਲਾਂ ਮਲਾਈ ਖਾਵਾਂ ਕਿ ਚਾਹ ਪੀਵਾਂ, ਇਸ ਲਈ ਮੈਂ ਪਹਿਲਾਂ ਤੱਤੀ ਤੱਤੀ ਚਾਹ ਪੀ ਲੈਂਦਾ। ਚੱਲ 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 ਜਲਦੀ ਯਾਰ, ਜਲਦੀ ਉਹ ਜਲਦੀ ਜਾ ਯਾਰ। ਠੀਕ ਹੈ, ਕਰੀਏ ਸ਼ੁਰੂ। ਰੁਕ ਜਾ ਯਾਰ, ਹਲੋ ਹਾਂ ਓਕੇ ਬਾਏ ਮਹਾ ਪੱਪੂ, ਤੇ ਤੁਸੀਂ ਦੇਖ ਰਹੇ ਹੋ ਕੈਰੀ ਆਨ ਖਬਰਾਂ। ਕਬੂਤਰਾਂ ਵਾਲੇ ਮੁਹੱਲੇ ਦੇ ਵਿੱਚ ਹੋਈ ਕਬੂਤਰ ਬਾਜੀ, ਜਿਹਦੇ ਵਿੱਚ ਇੱਕ ਕਬੂਤਰ ਤੇ ਕਬੂਤਰੀ, ਮੇਰਾ ਮਤਲਬ ਮੁੰਡਾ ਤੇ ਕੁੜੀ, ਉਹਨਾਂ ਨੇ ਕੀਤੀ ਆਪਸ ਦੇ ਵਿੱਚ ਗੁੱਟਰ ਗੂ। ਕੁੜੀ ਨੇ ਆਪਣੇ ਘਰ ਦੇ ਵਿੱਚੋਂ ਚੁਰਾਈ ਮਣੀ ਤੇ ਭੱਜ ਗਈ ਵਿਦ ਸਣੀ, ਤੇ ਮਚਾ ਦਿੱਤੀ ਸਾਰੇ ਇਲਾਕੇ ਦੇ ਵਿੱਚ ਸਨਸਨੇ ਦੀ ਠਣਠਣੀ। ਨੋਵਲਟੀ ਚੌਂਕ ਦੇ ਵਿੱਚ ਵੱਜੀਆਂ 6 ਆਪਸ ਦੇ ਵਿੱਚ ਗੱਡੀਆਂ, ਵਾਰਦਾਤ ਦੇ ਵਿੱਚ ਕੋਈ ਹਲਾਕ ਨਹੀਂ ਹੋਇਆ ਕਿਉਂਕਿ ਗੱਡੀਆਂ ਦੇ ਏਅਰ ਬੈਗ ਖੁੱਲ੍ਹ ਗਏ ਤੇ ਵਿੱਚ ਬੈਠੀਆਂ ਸਵਾਰੀਆਂ ਦੇ ਮੂੰਹ। ਪਰ ਸਨਸਨੀ ਦੀ ਠਣਠਣੀ ਉਦੋਂ ਫੈਲੀ ਜਦੋਂ ਸਵਾਰੀਆਂ ਨੇ ਬਾਹਰ ਨਿਕਲ ਕੇ ਇੱਕ ਦੂਜੇ ਨੂੰ ਬਚਾਉਣ ਦੀ ਬਜਾਏ, ਗੱਡੀਆਂ 'ਚੋਂ ਬਾਹਰ ਕੱਢਣ ਦੀ ਬਜਾਏ ਇੱਕ ਦੂਜੇ ਨੂੰ ਗਾਲਾਂ ਕੱਢੀਆਂ, ਉਹ ਵੀ ਆਪਣੇ ਬੱਚਿਆਂ ਦੇ ਸਾਹਮਣੇ, ਤੇ ਮਚਾਈ ਸਨਸਨੀ ਦੀ ਠਣਠਣੀ। ਸ਼ੇਮ ਔਨ ਯੂ ਪੀਪਲ ਜਿਹੜੇ ਕਿ ਆਪਣੇ ਬੱਚਿਆਂ ਦੇ ਸਾਹਮਣੇ ਗਾਲਾਂ ਕੱਢਦੇ ਆ। ਜੇ ਤੁਹਾਨੂੰ ਜ਼ਿਆਦਾ ਸ਼ੌਂਕ ਹੈ ਆਪਣੇ ਘਰਾਂ ਦੇ ਵਿੱਚ ਡਰਾਇੰਗ ਰੂਮ ਬਣਾਇਆ, ਬੈਠਕ ਰੂਮ ਬਣਾਇਆ, ਉਸ ਤਰ੍ਹਾਂ ਹੀ ਇੱਕ ਵੱਖਰਾ ਰੂਮ ਬਣਾ ਲਓ, ਅਬਿਊਜ਼ਿੰਗ ਰੂਮ, ਯਾਨੀ ਕਿ ਗਾਲਾਂ ਵਾਲਾ ਕਮਰਾ। ਇਸ ਤਰ੍ਹਾਂ ਗਾਲਾਂ ਕੱਢ ਕੇ ਸ਼ਰੇਆਮ ਲੋਕਾਂ ਨੇ ਮਚਾਈ ਸਨਸਨੀ ਦੀ ਠਣਠਣੀ। ਕੈਮਰਾਮੈਨ ਮੁੰਨਾ ਦੇ ਨਾਲ ਮੈਂ ਹਾਂ ਪੱਪੂ, ਤੇ ਤੁਸੀਂ ਦੇਖ ਰਹੇ ਹੋ ਕੈਰੀ ਔਨ ਖਬਰਾਂ। ਧੰਨਵਾਦ। ਕੀ ਹੋ ਰਿਹਾ ਸ਼ਹਿਰ ਵਿੱਚ? ਕਮੇਡੀ ਸ਼ੋਅ ਹੋ ਰਿਹਾ ਡੋਲੀ, ਇਹਦੇ ਕੰਨ ਤੇ ਤਾਰੇ ਕਾ। ਹੋ ਗਈਆਂ ਚੁਗਲੀਆਂ ਮੁਗਲੀਆਂ? ਮੈਂ ਕੀ ਪੁੱਛਿਆ? ਫਿਰ ਬੋਲ ਦੋ ਸਰ,
ਸ਼ਹਿਰ ਚ ਕੀ ਹੋ ਰਿਹਾ? ਸਰ ਮੈਂ ਦੇਖਦਾ ਜੀ, ਸਰ ਮੱਖੂ ਵਿੱਚ ਹੋਏ ਐਕਸੀਡੈਂਟ ਵਿੱਚ ਨੌਜਵਾਨ ਘਾਇਲ। ਇਹ ਤੇ ਕੁਛ ਨਹੀਂ ਸਰ, ਦੂਜੇ ਪਾਸੇ ਕੀ ਲਿਖਿਆ? ਜੀਟੀ ਰੋਡ ਤੇ ਹੋਏ ਐਕਸੀਡੈਂਟ ਦੇ ਵਿੱਚ ਦੋ ਗੱਡੀਆਂ ਆਪਸ ਵਿੱਚ ਵੱਜੀਆਂ, ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ ਪਰ ਗੱਡੀਆਂ ਲੈਸ ਤੇ। ਮੈਂ ਤੈਨੂੰ ਕਿਹਾ ਪੜਨ? ਮੈਂ ਪੁੱਛ ਰਿਹਾ ਸ਼ਹਿਰ ਚ ਕੀ ਹੋਇਆ, ਮੈਨੂੰ ਉਹਦਾ ਜਵਾਬ ਦਿਓ। ਤੂੰ ਚੱਕ ਪੜਨ ਲੱਗ ਪਿਆ? ਨਹੀਂ ਸਾਰੇ ਐਕਸੀਡੈਂਟ ਅਸੀਂ ਥੋੜੀ ਕਰਾਉਂਦੇ ਆ, ਸਾਨੂੰ ਕਹਿੰਦਾ ਤੇ ਬੁਲਾ ਲਿਆ ਜੇ ਇੱਥੇ। ਹਾਂਜੀ ਸਰ, ਅਸੀਂ ਤੇ ਆਪ ਬਹੁਤ ਦੇਖ ਕੇ ਚਲਾਈਦਾ ਰੋਡ ਤੇ। ਸਰ ਮੈਂ ਤੇ ਚਲਾਉਂਦੀ ਵੀ ਨਹੀਂ, ਮੈਂ ਨਾ ਆਟੋ ਤੇ ਆਂਦੀ ਆ ਤੇ ਆਟੋ ਵੀ ਉਹ ਜਿਹੜਾ 20 ਦੀ ਸਪੀਡ ਤੋਂ ਉੱਪਰ ਨਾ ਲੈ ਕੇ ਜਾਵੇ। ਓਏ ਉਹ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਅਖਬਾਰਾਂ ਕੋਲ ਇੰਨਾ ਕੰਟੈਂਟ ਹੈਗਾ, ਉਹ ਸੜਕਾਂ ਤੇ ਇੰਨੇ ਐਕਸੀਡੈਂਟ ਹੋ ਰਿਹਾ ਤੇ ਇਨਫੋਰਮੇਸ਼ਨ ਸਾਡੇ ਕੋਲ ਕਿਉਂ ਨਹੀਂ ਆ? ਇਹ ਕੰਟੈਂਟ ਸਾਡੇ ਕੋਲ ਕਿਉਂ ਨਹੀਂ ਹੈ? ਸਰ ਜੇ ਤੁਸੀਂ ਕਹਿੰਦੇ ਹੋ ਤੇ ਸੋਰਸਿਸ ਨਾਲ ਕੰਟੈਕਟ ਕਰੀਏ। ਉਹ ਨਹੀਂ ਨਹੀਂ ਯਾਰ, ਉਹ ਤੇ ਫਿਰ ਸਾਡੇ ਕੋਲੋਂ ਪੁਰਾਣੀਆਂ ਪੇਮੈਂਟਾਂ ਵੀ ਮੰਗਣਗੇ। ਓ ਨਹੀਂ 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 ਨਹੀਂ, ਕੋਈ ਹੋਰ ਤਰੀਕਾ ਲੱਭੋ। ਸਰ ਮੇਰੇ ਕੋਲ ਇੱਕ ਆਈਡੀਆ ਹੈਗਾ। ਸਰ ਪਤਾ ਕਿ ਆਪਾਂ ਨਾ ਟ੍ਰੈਫਿਕ ਪੁਲਿਸ ਵਾਲਾ ਬੁਲਾਉਂਦੇ ਹਾਂ, ਉਹਨੂੰ ਸ਼ੋਅ 'ਚ ਬਿਠਾਵਾਂਗੇ, ਉਹਦੇ ਕੋਲ ਟ੍ਰੈਫਿਕ ਦੇ ਰੂਲਸ ਐਂਡ ਰੈਗੂਲੇਸ਼ਨਸ ਬਾਰੇ ਗੱਲਬਾਤ ਕਰਾਂਗੇ, ਔਰ ਜਿੰਨੇ ਵੀ ਐਕਸੀਡੈਂਟ ਵਗੈਰਾ ਹੋ ਰਹੇ ਆ ਜਾਂ ਹੋਰ ਰੋਡ ਦੀਆਂ ਖਬਰਾਂ, ਉਹਦੇ ਕੋਲੋਂ ਸਾਰੀ ਇਨਫੋਰਮੇਸ਼ਨ ਸਾਨੂੰ ਮਿਲ ਜਾਣੀ ਆ, ਅਤੇ ਦੂਸਰਾ ਉਹਦੇ ਨਾਲ ਸਾਡਾ ਇੱਕ ਆਪਣਾ ਸ਼ੋਅ ਤਿਆਰ ਹੋ ਜਾਏਗਾ। ਕੀ ਬਾਤ ਬਈ, ਉਹ ਇਹ ਆਈਡੀਆ ਮੈਨੂੰ ਕਿਉਂ ਨਹੀਂ ਆਇਆ? ਕਿਉਂਕਿ ਸਰ ਤਨਖਾਹ ਮੈਨੂੰ ਮਿਲਦੀ ਨਾ ਇਸ ਕੰਮ ਦੀ। ਹਾਂ ਤਨਖਾਹ ਮੈਂ ਹੀ ਦੇਣਾ ਤੈਨੂੰ। ਸ਼ਾਬਾਸ਼, ਲੱਭੋ ਫੇਕ ਟ੍ਰੈਫਿਕ ਵਾਲਾ ਤੇ ਕਰੀਏ ਕੰਮ ਸ਼ੁਰੂ। ਡਨ ਜੀ। ਲੈ ਭਾਜੀ ਤੁਸੀਂ ਆਪ ਆ ਗਏ ਤੇ ਮੈਂ ਤੁਹਾਨੂੰ ਲੱਭਦਾ ਸੀਗਾ ਜੀ। ਮੈਂ ਲੱਭਣ ਆਇਆ ਤੇ ਉਹ ਕੀ ਨਾਂ ਦਾ ਮੁੰਨਾ, ਇਹ ਸ਼ਹਿ ਕਿੱਥੇ ਮਿਲਣੀ ਬਈ? ਮੈਨੂੰ ਲੱਗਦਾ ਬੌਸ ਨੇ ਭੇਜਿਆ ਇਹਨੂੰ ਕਿ ਬਿੱਲੂ ਸਰ ਸਾਹਮਣੇ ਮੇਰੀ ਥੋੜ੍ਹੀ ਜਿਹੀ ਚੜਾਈ ਹੋ ਜਾਵੇ। ਲੈ ਭਾਜੀ ਇਹ ਤਾਂ ਉਹ ਗੱਲ ਹੋ ਗਈ ਕਹਿੰਦਾ ਜਿਹੜਾ ਖੂਹ ਆਪ ਹੀ ਪਿਆਸੇ ਕੋਲ ਚੱਲ ਕੇ ਆ ਗਿਆ, ਮਤਲਬ ਜਿਹਨੂੰ ਤੁਸੀਂ ਲੱਭ ਰਹੇ ਹੋ ਮੈਂ ਹੀ ਸਵੈਮ ਸਾਕਸ਼ਾਤ ਤੁਹਾਡੇ ਸਾਹਮਣੇ, ਮਤਲਬ ਮੁੰਨਾ। ਗੱਲ ਸੁਣੋ, ਤੇ ਬਾਹਰ ਜਿਹੜਾ ਉਹ ਲਾਲ ਰੰਗ ਦਾ 73-19 ਮੋਟਰਸਾਈਕਲ ਖੜਾ, ਉਹ ਸ਼੍ਰੀਮਾਨ ਜੀ ਆਪਣਾ ਆ? ਹਾਂਜੀ ਹਾਂਜੀ ਮੇਰਾ ਹੀ ਆ। ਉਹ ਮਹੀਨਾ ਹੋ ਗਿਆ ਤੂੰ ਕਿਸੇ ਹੋਰ ਦੀ ਪਾਰਕਿੰਗ 'ਚ ਖੜਾ ਕਰਕੇ ਆਏ ਨਾ, ਅੱਜ ਕਲਪ ਕੇ ਉਹਨੇ ਮੈਨੂੰ ਕੰਪਲੇਂਟ ਕੀਤੀ ਆ, ਤਾਂ ਮੈਂ ਆਇਆ ਹੋਏ। ਆਹ ਹੁਣ ਮੈਂ ਲੱਗਾ ਚਲਾਨ ਕੱਟਣ, ਇਹ ਮੈਨੂੰ ਦੱਸ ਵੀ ਔਨ ਦਾ ਸਪੋਰਟ ਤੇਰਾ 300 ਕੱਟਾਂ ਜਾਂ ਉਹ ਕਚਹਿਰੀਆਂ ਵਾਲਾ? ਭਾਜੀ ਨਾ, ਮੈਂ ਦੇਖੋ ਕਿੱਥੋਂ ਭਰਨਾ ਭਾਜੀ, ਰਹਿਣ ਦਿਓ ਭਾਜੀ, ਮੈਂ ਕਰ ਦਿਓ ਭਾਜੀ, ਮੈਂ ਕਹਿੰਦਾ ਕੁਛ ਲੈ ਦੇ ਕੇ ਭਾਜੀ ਕੁਛ। ਹੈ ਓਏ ਬੰਦੇ ਦਾ ਪੁੱਤ ਪਾਣਾ ਔਨ ਡਿਊਟੀ, ਤੂੰ ਅਫਸਰ ਨੂੰ ਹੈ ਲਾਲਚਾਂ ਦੇਣ ਡਿਆ ਹੋਏ? ਨਾ ਕਰੋ ਜੀ, ਪਰਾਂ ਖੜ ਮੋਟਰ ਹੈ ਗੱਲ ਲਾਲ। ਇੱਥੇ ਕੀ ਹੋ ਰਿਹਾ ਹੈ? ਉਹ ਸਰ ਤੁਸੀਂ ਆ ਵੀ ਗਏ, ਵਾਹ ਮੁੰਨਾ ਤਾਂ ਲੱਭ ਵੀ ਲਿਆਇਆ। ਇਹ ਉਹ ਨਿਗੇ ਫਿਰ ਇਹ ਅਸਲੀ ਵਾਲੇ ਆ, ਮੈਂ ਸੜਕ ਦੇ ਪਾਰ ਆਪਣੀ ਬਾਈਕ ਲਈ ਸੀ, ਇਹਨਾਂ ਨੇ ਚਲਾਨ ਕਰਤਾ। ਤੇ ਤੈਨੂੰ ਕੀ ਲੋੜ ਪਈ ਸੀ ਮੁੰਨਾ, ਸਾਡੇ ਚੈਨਲ ਦੀ ਇੰਨੀ ਵੱਡੀ ਪਾਰਕਿੰਗ ਹੈ, ਤੂੰ ਕਿਤੇ ਹੋਰ ਜਾ ਕੇ ਬਾਈਕ ਕਿਉਂ ਪਾਰਕ ਕਰਕੇ ਆਇਆ? ਮੈਡਮ ਤੁਹਾਨੂੰ ਪਤਾ ਤਾਂ ਬੱਲੂ ਸਰ 10 ਰੁਪਏ ਲੈਂਦੇ ਆ, ਤੇ ਮਹੀਨੇ ਦਾ 300 ਬੰਦਾ, ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 300? ਮੈਂ ਉਹੀ ਪਛਾਣ ਦੇ ਚੱਕਰ 'ਚ ਉੱਧਰ ਬਾਈਕ ਲਈ ਇਹਨਾਂ ਨੇ ਚਲਾਨ ਕਰਤਾ। ਸਰ ਐਕਚੁਲੀ ਮੈਨੂੰ ਪਤਾ ਨਹੀਂ ਸੀ, ਤੁਸੀਂ ਪਲੀਜ਼, ਇਹ ਬੜਾ ਨਾ ਭੋਲਾ ਲੜਕਾ ਹੈ, ਤੁਸੀਂ ਇਹਨੂੰ ਮੇਰੇ ਕਹਿਣ ਤੇ ਇੱਕ ਵਾਰੀ ਵਾਰਨਿੰਗ ਦੇ ਕੇ ਸਰ ਛੱਡ ਦਿਓ ਪਲੀਜ਼ ਸਰ। ਨੋ 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 ਮੈਡਮ ਜੀ, ਦੇਖੋ ਜਿਹੜੀ ਗਲਤੀ ਕੀਤੀ ਆ ਉਹ ਚਲਾਣ ਹੁਣ ਇਹਨੂੰ ਭੁਗਤਣਾ ਹੀ ਪੈਣਾ। ਜੇ ਇੱਥੇ ਕੁਝ ਲੈ ਦੇ ਕੇ ਬੰਦ ਹੈ ਤੇ ਸਰ ਤੁਸੀਂ ਪਲੀਜ਼ ਦੇਖ ਲਓ ਸਰ। ਲੈ ਦੇ ਕੇ ਮੈਡਮ ਤੁਸੀਂ ਕੀ ਕਰਨ ਡੇ? ਗੱਲਾਂ ਨਿਊਜ਼ ਚੈਨਲ ਵਾਲੇ ਹੋ ਕੇ ਪੁਲਿਸ ਵਾਲੇ ਨੂੰ ਔਨ ਡਿਊਟੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਹੇ? ਬਹੁਤ ਅੱਛੇ ਬਈ ਤੁਹਾਡੇ। ਸਰ ਮੈਂ, ਤੁਸੀਂ ਮੇਰੀ ਗੱਲ
ਪੁੱਠੀ ਲੈ ਗਏ ਸਰ, ਮੈਂ ਰਿਸ਼ਵਤ ਦੀ ਨਹੀਂ ਗੱਲ ਕਰ ਰਹੀ ਸੀ, ਮੈਂ ਤਾਂ ਇਹ ਕਹਿ ਰਹੀ ਸੀ ਲੈਣ ਦੇਣ ਮਤਲਬ ਸਰ ਅਸੀਂ ਤੁਹਾਡੇ ਇੰਟਰਵਿਊ ਦੇਣ ਦੀ ਗੱਲ ਕਰ ਰਹੇ ਸੀਗੇ। ਇੰਟਰਵਿਊ ਦੀ ਗੱਲ ਕਰ ਰਹੇ ਸੀ ਮੈਡਮ। ਇੰਟਰਵਿਊ ਇਹ ਮਤਲਬ? ਸਰ ਇੰਟਰਵਿਊ ਮਤਲਬ ਜਿੱਦਾਂ ਨਾ ਅਸੀਂ ਆਲਰੇਡੀ ਲੱਭ ਰਹੇ ਸੀ ਕਿ ਤੁਹਾਡੇ ਵਰਗਾ ਲੰਬਾ ਉੱਚਾ ਕੋਈ ਇਮਾਨਦਾਰ ਅਫਸਰ ਆਵੇ ਸਾਡੇ ਚੈਨਲ ਦੇ ਵਿੱਚ, ਅਸੀਂ ਉਹਦੀ ਇੰਟਰਵਿਊ ਕਰੀਏ, ਲੋਕ ਦੇਖਣ, ਪ੍ਰਭਾਵਿਤ ਹੋਣ, ਜਿਹੜਾ ਅਵੇਅਰਨੈਸ ਫੈਲਾਏ ਟ੍ਰੈਫਿਕ ਰੂਲਸ ਬਾਰੇ, ਕਿਉਂਕਿ ਅੱਜ ਕੱਲ੍ਹ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਹੈ, ਅਤੇ ਜਨਤਾ ਤੁਹਾਨੂੰ ਦੇਖੇਗੀ, ਤੁਹਾਡਾ ਮਾਣ ਵਧੇਗਾ, ਤੁਹਾਨੂੰ ਪਛਾਣੇਗੀ, ਇੱਜ਼ਤ ਵਧੇਗੀ ਸਰ ਬੜਾ। ਓਕੇ ਓਕੇ ਸਰ ਜੀ, ਤੁਸੀਂ ਹੂ ਬਹੂ ਉੱਦਾਂ ਦੇ ਹੋ ਜਿੱਦਾਂ ਦੇ ਅਸੀਂ ਸੋਚਿਆ ਸੀ। ਉਹੀ ਨੈ ਨਕਸ਼, ਉਹੀ ਤੁਹਾਡੀ ਬਿਲਟ, ਉਹੀ ਤੁਹਾਡੀ ਬਾਡੀ। ਸਰ ਸੋਚੋ, ਜਦੋਂ ਤੁਸੀਂ ਟੀਵੀ ਦੇ ਉੱਤੇ ਆਏ, ਤੁਹਾਡੀ ਵਾਈਫ ਨੇ, ਤੁਹਾਡੇ ਰਿਸ਼ਤੇਦਾਰਾਂ ਨੇ, ਤੁਹਾਡੇ ਅਫਸਰਾਂ ਨੇ, ਤੁਹਾਡੇ ਬੱਚਿਆਂ ਨੇ ਇਹੀ ਸੋਚਣਾ ਕਿ ਗਦਰ ਫਿਲਮ ਦਾ ਤਾਰਾ ਸਿੰਘ ਸਿੱਧਾ ਟੀਵੀ ਉੱਤੇ ਆ ਰਿਹਾ। ਦੇਖੋ ਮੈਡਮ ਜੀ, ਵੈਸੇ ਤਾਂ ਮੈਂ ਬੜੇ ਕਰਡੇ ਸਵਾਦ ਆ ਬੰਦਾ, ਮੈਂ ਕੋਈ ਲੱਲੇ ਭੱਬੇ ਲਈ ਟਾਈਮ ਨਹੀਂ ਹੁੰਦਾ। ਫਿਰ ਆਪਾਂ ਕੋਈ ਹੋਰ ਦੇਖ ਲੈਂਦੇ। ਮੈਡਮ ਜੀ ਤੁਸੀਂ ਕਹਿ ਰਹੇ ਹੋ ਤੇ ਮੈਂ ਕਰਦਾਂਗਾ। ਸਰ ਵਾਹ, ਇਹ ਤੇ ਗੱਲ ਹੀ ਬਣ ਗਈ, ਥੈਂਕ ਯੂ ਸੋ ਮਚ ਸਰ। ਸਰ ਅਸੀਂ ਨਾ ਫਿਰ ਸ਼ੋਅ ਦੀ ਤਿਆਰੀ ਕਰਦੇ ਹਾਂ, ਤੇ ਸਭ ਤੋਂ ਪਹਿਲੇ ਨਾ ਮੈਂ ਤੁਹਾਨੂੰ ਮੇਕਅਪ ਰੂਮ ਦੇ ਵਿੱਚ ਲੈ ਕੇ ਜਾਊਂਗੀ, ਉਹ ਤੁਹਾਨੂੰ ਰੈਡੀ ਕਰ ਦੇਣਗੇ ਸਰ। ਮੇਕਅਪ? ਹਾਂਜੀ ਠੀਕ ਹੈ ਮੈਡਮ ਜੀ। ਵਾਹ ਸਰ। ਸਰ ਸਰ ਤੇ ਉਹ ਮੇਰਾ ਚਲਾਨ ਮੈਂ ਇੱਥੇ ਭਰ ਦਿਆਂ ਕਿ? ਓ ਯਾਰ ਕੀ ਗੱਲਾਂ ਕਰ ਰਹੇ ਯਾਰ, ਤੁਸੀਂ ਇੰਨਾ ਵਧੀਆ ਸ਼ੋਅ ਬਣਾ ਰਹੇ ਹੋ, ਲੋਕਾਂ ਨੂੰ ਜਾਗਰਤ ਕਰ ਰਹੇ ਹੋ, ਸਾਡੇ ਵਾਲਾ ਹੀ ਕੰਮ ਆ ਸੇਫ। ਦੇਖੋ ਟ੍ਰੈਫਿਕ ਰੂਲ ਮੰਨ ਲਿਆ ਕਰੋ, ਓਕੇ, ਇਹ ਤੁਹਾਡੇ ਫਾਇਦੇ ਲਈ ਹੈ, ਤੁਸੀਂ ਮੁੜ ਕੇ ਸਾਡੇ ਤਵੇ ਲਾਉਂਦੇ ਹੋ, ਬਾਕੀ ਚਲਾਨ ਮੇਰੇ ਹੱਥ 'ਚ ਆ, ਮੈਂ ਹੀ ਭਰ ਦਾਂਗਾ। ਮੈਡਮ ਜੀ ਮੇਕਅਪ ਆ ਜਾਓ ਮੈਡਮ ਜੀ। ਹਾਂਜੀ ਚਲੋ ਲੈ ਕੇ ਚਲੋ ਮੈਂ। ਸਭ ਬੋਰ ਖਬਰਾਂ ਯਾਰ ਅੱਜ ਕੱਲ੍ਹ। ਆਲੋ ਪੱਪੂ ਪਾ, ਤੁਹਾਡੇ ਵਾਸਤੇ ਗਰਮਾ ਗਰਮ ਸਮੋਸੇ। ਬੱਲੇ ਵਾਹ ਵਾਹ, ਅੱਜ ਬੜੀ ਸੇਵਾ ਹੋ ਰਹੀ ਆ। ਉਹ ਤੁਸੀਂ ਅੱਜ ਬਿੱਲੂ ਸਰ ਨੂੰ ਜਿਹੜੀ ਉਹ ਸੁਣਾਈ ਨਹੀਂ ਸੀਗੀ ਟ੍ਰੈਫਿਕ ਪੁਲਿਸ ਵਾਲੀ ਗੱਲਬਾਤ, ਉਹਦੇ ਤੋਂ ਬੜਾ ਖੁਸ਼ ਹੋਏ, ਉਹ ਕਹਿੰਦੇ ਵੀ ਚੰਗੀ ਤਰ੍ਹਾਂ ਸੇਵਾ ਕਰੋ ਫਿਰ ਪੱਪੂ ਪਾ ਦੀ। ਯਾਰ ਇੱਦਾਂ ਦੇ ਆਈਡੀਆ ਤਾਂ ਮੈਂ ਰੋਜ਼ ਦੇਵਾਂ ਬਿੱਲੂ ਸਰ ਨੂੰ, ਪਰ ਉਹ ਜਿਹੜੀਆਂ ਦੋ ਨੋਨ ਟੈਲੈਂਟਡ ਕੁੜੀਆਂ ਰੱਖੀਆਂ ਹੋਈਆਂ ਨਾ, ਉਹਦੇ ਕੰਨ ਭਰ ਦਿੰਦੀਆਂ ਜਾ ਕੇ। ਇਸ ਗੱਲ ਤੋਂ ਤਾਂ ਪੱਪੂ ਪਾ ਮੈਂ 100% ਸਹਿਮਤ ਹੈਗਾ ਸਰ, ਤੁਹਾਡੇ ਬਾਰੇ ਕਾਫੀ ਗੱਲਾਂ ਹੋ ਰਹੀਆਂ ਸੀਗੀਆਂ ਜੀ। ਜੈਲਸੀ ਫੀਲ ਕਰਦੀ ਆ ਮੇਰੇ ਤੋਂ ਸਰ? ਇਹ ਤੇ ਕੁਛ ਨਹੀਂ ਆ, ਜਿਹੜੇ ਡੋਲੀ ਮੈਡਮ ਹੈਗੇ ਆ ਇਹ ਵੀ ਤੁਹਾਡੇ ਬਾਰੇ ਗੱਲ ਕਰਦੇ ਪਏ ਸੀਗੇ। ਕੀ ਉਹ ਕਹਿੰਦੇ ਵੀ ਇਹਦਾ ਆਪਣਾ ਚਲਾਨ ਹੋ ਗਿਆ ਹੋਣਾ, ਤੇ ਆਪਣਾ ਚਲਾਨ ਨਾ ਭੁਗਤਣ ਦੇ ਕਰਕੇ ਪੁਲਿਸ ਵਾਲੇ ਨੂੰ ਬੁਲਾ ਕੇ ਉਹਦੀ ਇੰਟਰਵਿਊ ਕਰਕੇ ਉਹਨੂੰ ਖੁਸ਼ ਕਰਨ ਦੇ ਚੱਕਰ 'ਚ ਇੰਟਰਵਿਊ ਕੀਤੀ ਜਾ ਰਹੀ ਹੈ। ਕੀ ਇਹ ਕਹਿਣਾ ਨੇ? ਵਿਚਾਰੀ ਜੀ ਹੈਗੀ ਆ, ਕੀ ਕਹਿਣਾ ਇਹਨੂੰ। ਵਿਚਾਰੀ ਨਾ ਮੈਂ ਨਹੀਂ ਹੈਗੀ, ਤੂੰ ਹੈਗਾ। ਜਦੋਂ ਮਹੀਨੇ 'ਚ ਨਾ ਕਿਤੇ ਜਾ ਕੇ ਕੋਈ ਇੱਕ ਆਈਡੀਆ ਸਿਲੈਕਟ ਹੋ ਜਾਂਦਾ, ਉਹ ਵੀ ਤੁੱਕੇ ਦੇ ਨਾਲ, ਨਾਲੇ ਪੱਪੂ ਜੋ ਕਹਿਣਾ ਹੁੰਦਾ ਨਾ ਮੂੰਹ ਤੇ ਕਿਆ ਕਰ ਪੇਟ ਵਿਚਰੀ। ਓ ਹੈਲੋ, ਮੈਂ ਕੋਈ ਪਿੱਠ ਪਿੱਛੇ ਗੱਲ ਨਹੀਂ ਕਰਦਾ, ਤੇ ਨਾ ਮੈਂ ਕੋਈ ਚਲਾਨ ਮਾਫ ਕਰਾਉਣਾ ਕਿਸੇ ਟ੍ਰੈਫਿਕ ਵਾਲੇ ਨੂੰ ਬੁਲਾ ਕੇ। ਕੀ ਪਤਾ ਸਾਨੂੰ ਹੋਏਗਾ ਤੇਰਾ ਕੋਈ ਪਰਸਨਲ ਫਾਇਦਾ ਜੋ ਤੂੰ ਇੰਨੀ ਪੁਆਇੰਟਲੈਸ ਸੁਜੈਸ਼ਨ ਦੇ ਦਿੱਤੀ। ਪੁਆਇੰਟਲੈਸ? ਉਹ ਆਪ ਤੂੰ ਕੰਨਾਂ 'ਚੋਂ ਮੈਲ ਕੱਢਣ ਵਾਲੇ ਦੀ ਸੁਜੈਸ਼ਨ ਦਿੰਦੀ ਸਰ ਨੂੰ ਵੀ ਉਹਦੀ ਇੰਟਰਵਿਊ ਕਰਾਈਏ, ਤੇ ਮੇਰਾ ਸੁਜੈਸ਼ਨ ਪੁਆਇੰਟਲੈਸ? ਤੇਰੇ ਪੁਆਇੰਟ ਵੀ ਮੈਂ ਦੇਖੇ ਆ, ਚੈਨਲ ਦੇ ਉੱਤੇ ਸਿਫਾਰਿਸ਼ ਪਵਾ ਕੇ ਫੰਬਲ ਮਾਰਨ ਵਾਲੇ ਅੰਕਲ। ਓ ਹੈਲੋ, ਤੂੰ ਨਾ ਆਪਣੇ ਵੱਲ ਦੇ
ਦੇਖ ਬਿਨਾਂ ਲੌਜਿਕ ਪਤਾ ਨਹੀਂ ਕਿਹੜੀ ਕਿਹੜੀ ਗੱਲਾਂ ਕਰਦਾ ਰਹਿੰਦਾ। ਲੱਗੀ ਸਮਝ? ਮੇਰੀ ਗੱਲ ਸੁਣ, ਤੂੰ ਕ੍ਰੀਏਟਿਵ ਦੀ ਕੁਰਸੀ ਲੈਣਾ ਚਾਹੁੰਦਾ ਨਾ, ਜਾ ਮੇਰੀ ਤੈਨੂੰ ਹਾਏ ਲੱਗੇ, ਤੈਨੂੰ ਨਾ ਕ੍ਰੀਏਟਿਵ ਦੀ ਕੁਰਸੀ ਕਦੀ ਨਾ ਮਿਲੇ। ਤੂੰ ਆ ਕਿੱਡੀ ਤੂੰ ਬੱਤੀਆਂ ਦੰਦਾਂ ਵਾਲੀ ਆਈ ਵੱਡੀ ਸਰਾਪ ਦੇਣ ਵਾਲੀ, ਆ ਜਿਹੜੇ ਤੇਰੇ 24-25 ਹੈਗੇ ਨਾ ਦੰਦ, ਐਵੇਂ ਨਾ ਮੇਰੇ ਕੋਲ ਤੜਵਾ ਲਈ ਕਿਤੇ। ਅੱਛਾ ਠੀਕ ਹੈ, ਮੈਂ ਚੱਲ ਜਾਂਦੀ ਹਾਂ, ਕੱਲਾ ਕੱਲਾ ਕਰੀ ਜਾ। ਜਾ ਫਿਰ, ਚੱਲ ਜਾਂਦੀ ਹਾਂ, ਜਾ ਫਾਈਨ। ਆ ਡਰ ਗਈ ਪੱਪੂ ਤੋਂ, ਆ ਜਲਦੀ ਆ, ਆ ਬੈਠਾ ਪੱਪੂ, ਆ ਜਾ ਆ ਦੁਬਾਰਾ ਵਾਪਸ ਦੇਖਿਆ। ਹਾਂ ਆ ਗਈ ਆ ਮੈਂ, ਹੁਣ ਬੋਲ। ਫਿਰ ਆ ਗਈ? ਹਾਂ ਸਰ, ਉਹ ਤੇ ਆ ਗਏ, ਮੈਂ ਚੱਲਦਾ ਜੀ। ਫਿਰ ਸਮੋਸਾ ਤੇਰੀ, ਉਹ ਵੀ ਗਿਆ। ਬੋਲੇਗਾ ਕੁਛ? ਪਤਾ ਨਹੀਂ ਕਿੰਨਾ ਕੌਨਫੀਡੈਂਸ ਹੈ ਇਹਦੇ 'ਚ ਬਦਤਮੀਜ਼ੀ ਦਾ, ਕੁੜੀ ਨੂੰ ਇੰਨਾ ਬੋਲ ਕੇ ਵੀ ਕਿੱਦਾਂ ਸਾਹਮਣੇ ਅੱਟ ਕੇ ਬੈਠ ਜਾਂਦਾ ਹੈ। ਵੈਸੇ ਮੰਨਣਾ ਪਏਗਾ ਇਹਨੂੰ ਕਿਰਲੀ ਜਾਈ ਨੂੰ, ਇੰਨੀ ਬੇਇੱਜ਼ਤੀ ਕਰਵਾ ਕੇ ਵੀ ਫਿਰ ਇੱਥੇ ਬੈਠੀ। ਦਿਲ ਕਰਦੇ ਤਾਂ ਖੂਨ ਕਰ ਦੇਵਾਂ, ਪਰ ਫਿਰ ਮੇਰਾ ਕਰੀਅਰ ਖਤਮ ਹੋ ਜਾਣਾ। ਜਿੰਨੀ ਇਹਦੀ ਮੈਂ ਅੱਜ ਤੱਕ ਲਾਹ ਪਾ ਕੀਤੀ ਹੈ ਨਾ, ਇਹਦੀ ਜਗ੍ਹਾ ਕਿਸੇ ਹੋਰ ਨੂੰ ਕਿਹਾ ਹੁੰਦਾ ਨਾ, ਉਹਨੇ ਤੇ ਸ਼ਰਮ ਨਾਲ ਹੀ ਮਰ ਜਾਣਾ ਸੀ, ਪਰ ਇਹ ਦੇਖ ਲਓ ਟੌਰ ਨਾਲ ਬੈਠੀ ਇੱਥੇ। ਉਹ ਕੋਈ ਸ਼ਰਮ ਹੈ ਤੁਹਾਨੂੰ? ਸਰ ਕੀ ਹੋਇਆ? ਅੱਛਾ ਇਹਦੀ ਮੈਂ ਦੱਸਾਂ ਕੀ ਹੋਇਆ। ਸਰ ਜੋ ਵੀ ਹੋਇਆ ਨਾ, ਉਹ 'ਚ ਮੇਰਾ ਕੋਈ ਹੱਥ ਨਹੀਂ ਹੈਗਾ। ਮੈਨੂੰ ਨਾ ਬੌਸ ਨੇ ਸਭ ਦੱਸਤਾ ਕਿ ਕਿਹਦਾ ਹੱਥ ਤੇ ਕਿਹਦਾ ਪੈਰ। ਮੈਂ ਤੁਹਾਨੂੰ ਦੋਨਾਂ ਨੂੰ ਅਖੀਰਲੀ ਵਾਰਨਿੰਗ ਦੇਣ ਡਿਆ, ਤੁਹਾਡੇ ਜੋ ਵੀ ਕਲੇਸ਼ ਹੈਗੇ ਇੱਥੇ ਕਲੀਅਰ ਕਰ ਲਓ। ਸਰ ਮੈਂ ਦੱਸਾਂ ਤੁਹਾਨੂੰ, ਇਹਨੂੰ ਚੈਨਲ ਤੋਂ ਕਲੀਅਰ ਕਰ ਦਿਓ, ਸਾਰੇ ਆਫਿਸ 'ਚ ਸਭ ਕੁਝ ਕਲੀਅਰ ਹੋ ਜਾਊਗਾ। ਇੰਨਾ ਸ਼ੌਂਕ ਹੈ ਨਾ ਕਲੀਅਰ ਹੋਣ ਦਾ, ਤੂੰ ਪਹਿਲੇ ਆਪਣੇ ਆਪ ਨੂੰ ਕਲੀਅਰ ਕਰ। ਵੈਸੇ ਵੀ ਨਾ ਤੂੰ ਧਰਤੀ ਤੇ ਬੋਝ ਆ ਪੱਪੂ, ਮੰਨ ਮੇਰੀ ਗੱਲ। ਜੇ ਮੈਂ ਧਰਤੀ ਤੇ ਬੋਝ ਆ ਨਾ, ਤੇ ਤੂੰ ਸਿਆਣਪ ਤੇ ਬੋਝ ਆ। ਸਰ ਇਹਨੂੰ ਕਹਿ ਦੋ ਦੋ ਸਿਆਣੀਆਂ ਗੱਲਾਂ ਕਰੇ, 4 ਦਿਨ ਦੀ ਲੀਵ ਤੇ ਨਾ ਚਲ ਗਈ ਤੇ ਗੱਲ ਕਰਿਓ। ਸਰ ਮੈਨੂੰ ਫਿਰ ਵੀ 4 ਦਿਨ ਲੱਗਦੇ ਆ ਨਾ ਸਿਆਣੀ ਗੱਲ ਕਰਨ 'ਚ। ਤੈਨੂੰ ਤੇ ਪੱਪੂ ਕਿੰਨਾ ਟਾਈਮ ਲੱਗ ਜਾਂਦਾ, ਵੈਸੇ ਵੀ ਤੇਰੇ ਤੋਂ ਤਾਂ ਐਕਸਪੈਕਟ ਹੀ ਨਹੀਂ ਕਰ ਸਕਦੀ ਸਿਆਣੀ ਗੱਲਾਂ ਮੈਂ। ਉਹ ਮੈਂ ਤੁਹਾਨੂੰ ਇੱਥੇ ਲੜਨ ਨਹੀਂ ਰੱਖਿਆ। ਸੋਰੀ ਸਰ। ਸਰ ਗਲਤੀ ਨਾ ਸਾਰੀ ਇਹਦੀ ਹੈਗੀ ਆ, ਪਰ ਫਿਰ ਵੀ ਸੋਰੀ ਸਰ। ਉਹ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ, ਇਹ ਮੀਟਿੰਗ ਹਾਲ ਹੈ ਨਾ ਕਿ ਕੋਈ ਅਖਾੜਾ। ਮੈਨੂੰ ਦੁਬਾਰਾ ਪਤਾ ਲੱਗਣਾ ਕਿ ਤੁਸੀਂ ਲੜੇ ਹੋ ਤਾਂ ਮੈਂ ਤੋਂ ਬੁਰਾ ਕੋਈ ਨਹੀਂ ਹੋਣਾ। ਇੱਥੇ ਛੱਡੋ, ਪੂਰੇ ਆਫਿਸ 'ਚ ਜੇ ਮੈਨੂੰ ਪਤਾ ਲੱਗਾ ਕਿ ਤੁਸੀਂ ਦੋਨੋਂ ਲੜੇ ਹੋ ਜਾਂ ਕੋਈ ਬਹਿਸ ਕੀਤੀ ਹੈ, ਤੇ ਆਪ ਦੋਨੋਂ ਦਾ ਪੜਿਆ ਵਿਚਾਰ ਲਿਓ। ਉਹ ਜਿਹੜਾ ਕੰਮ ਕਰਨਾ ਸੀ ਆਪਾਂ ਟ੍ਰੈਫਿਕ ਪੁਲਿਸ ਵਾਲਾ ਕੀਤਾ? ਹਾਂਜੀ ਸਰ, ਬਣ ਗਿਆ। ਮੇਰੀ ਗੱਲ ਸੁਣ ਲਓ, ਜੇ ਉਹਦੇ 'ਚ ਕੋਈ ਗੜਬੜ ਕੀਤੀ ਤੇ ਇਹ ਸੋਚ ਲਿਓ ਮੈਂ ਤੁਹਾਨੂੰ ਪੱਕਿਆਂ ਨੌਕਰੀ ਵੜ ਦੇਣਾ। ਹਾਂਜੀ ਕਰੀਏ ਰੈਡੀ। ਅੱਛਾ ਗਏ, ਹੁਣ ਤੂੰ ਵੀ ਜਾ। ਉਹ ਗੱਲ ਸੁਣ, ਧਿਆਨ ਰੱਖੀ ਨਾ ਦੋਨਾਂ ਦਾ, ਕੋਈ ਗੜਬੜ ਕੀਤੀ ਮੈਂ ਦੱਸ ਦੀ। ਸ਼ਾਬਾਸ਼। ਤੁਸੀਂ ਇੱਥੇ ਆਪਣੀ ਤਸ਼ਰੀਫ ਰੱਖੋਗੇ, ਇਸ ਪਾਸੇ ਹੋਣਗੇ ਸਾਡੇ ਐਂਕਰ, ਉਹ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਨਗੇ ਤੇ ਉਸ ਤੋਂ ਬਾਅਦ ਸਾਡੀ ਇੰਟਰਵਿਊ ਸ਼ੁਰੂ ਹੈ ਜੀ। ਨਾ, ਪਹਿਲੋਂ ਮੈਂ ਸੀਟੀ ਮਾਰੂੰਗਾ, ਫਿਰ ਮੈਂ ਦੇਖੂੰਗਾ ਵੀ ਰਸਤਾ ਕਲੀਅਰ ਹੈ, ਲਾਈਟ ਗ੍ਰੀਨ ਹੋਊਗੀ ਫਿਰ ਮੈਂ ਆਊਂਗਾ ਜੀ। ਸਰ ਲਾਈਟ ਗ੍ਰੀਨ ਹੁੰਦੀ ਨਹੀਂ, ਰੈੱਡ ਹੀ ਰਹਿੰਦੀ ਹੈ ਜੀ। ਫਿਰ ਬਈ ਤੁਹਾਡੀਆਂ ਲਾਈਟ ਸਿਸਟਮ 'ਚ ਪ੍ਰੋਬਲਮ ਆ, ਪਹਿਲਾਂ ਇਹ ਠੀਕ ਕਰਾਓ ਜੀ ਮੈਡਮ। ਸਰ ਜੀ ਉਹ ਕੈਮਰਾ ਸਰ ਉਹ ਚੱਲਦਾ ਉਦੋਂ ਜਦੋਂ ਰੈੱਡ ਲਾਈਟ ਹੁੰਦੀ ਤੇ ਉਹਦਾ ਆਹੀ ਮਤਲਬ ਹੁੰਦਾ ਕਿ ਸ਼ੁਰੂ ਕਰੋ ਚਲੋ। ਯਾਰ ਸਾਰੀ ਦੁਨੀਆ ਰੈੱਡ ਲਾਈਟ ਤੇ ਆ ਕੇ ਰੁਕ ਜਾਂਦੀ ਆ, ਤੁਸੀਂ ਸ਼ੁਰੂ ਹੋ ਜਾਂਦੇ ਆ, ਤੁਸੀਂ ਮੈਨੂੰ ਬੰਦੇ ਗਲਤ ਲੱਗਣ ਦੇ, ਤੁਹਾਡਾ ਚਲਾਨ ਬਣਦਾ। ਇਹ ਸਾਡਾ ਟੀਵੀ ਚੈਨਲ ਹੈ, ਇਹਦੇ ਵਿੱਚ ਇੰਟਰਵਿਊ ਹੋ ਰਹੀ ਹੈ, ਸਾਡੇ ਇੱਥੇ ਦੇ ਆਪਣੇ ਰੂਲ ਨੇ ਸਰ, ਤੇ ਇਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਰੈੱਡ ਲਾਈਟ ਗ੍ਰੀਨ ਲਾਈਟ ਸਭ ਕੁਝ ਭੁੱਲ ਜਾਓ, ਤੁਸੀਂ ਐਕਟਰ ਬਣਨਾ, ਤੁਸੀਂ ਹੀਰੋ ਬਣਨਾ ਨਾ ਸਰ। ਸਰ ਜੀ ਉਹ ਸ਼੍ਰੀਮਾਨ ਜੀ ਜਾਣਾ ਜਾਇਓ, ਪਰ ਉਂਗਲ ਸ਼੍ਰੀਮਾਨ ਜੀ ਆ ਹੁੰਦੀ ਹੈ।
ਸਰ ਉਹ ਨਹੀਂ ਮੈਂ ਤੁਹਾਨੂੰ ਯਾਦ ਕਰਾ ਰਿਹਾ ਸੀ ਮੈਡਮ ਜੀ। ਅੱਛਾ ਉਹ ਮੈਡਮ ਜੀ ਹਾਂ ਆਪਕਾ ਚੈਨਲ ਹੈ ਹਮੇ ਕੋਈ ਪ੍ਰੋਬਲਮ ਨਹੀਂ ਪਰ ਹਮਾਰਾ ਦੂਰਸ਼ਨ ਜਿੰਦਾਬਾਦ ਥਾ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ। ਵੈਰੀ ਗੁੱਡ ਸਰ ਫੀਲ ਨਹੀਂ ਛੱਡ ਰਹਾ ਮੈਂ ਫੀਲ ਨਹੀਂ ਛੱਡਦਾ ਕਿਉਂਕਿ ਮੇਰਾ ਨਾਂ ਜੀ ਹੌਲਦਾਰ ਲਾਟੂ ਜਿਹੜਾ ਬੰਦਾ ਮੇਰੀਆਂ ਨਜ਼ਰਾਂ ਜਾਂਦਾ ਨਾ ਮੁੜ ਕੇ ਦੂਰਦਰਸ਼ਨ ਦੀਆਂ 6:30 ਦੀਆਂ ਖਬਰਾਂ 'ਚ ਹੀ ਆਉਂਦਾ। ਵੈਰੀ ਗੁੱਡ ਵੈਰੀ ਗੁੱਡ ਸਰ ਬਹੁਤ ਵਧੀਆ ਬਹੁਤ ਵਧੀਆ ਸਰ। ਅਤੇ ਤੁਸੀਂ ਹੁਣ ਇੱਥੇ ਬੈਠੋਗੇ ਇੰਟਰਵਿਊ ਦੇ ਵਿੱਚ ਪੱਪੂ ਤੁਹਾਡੇ ਤੋਂ ਸਵਾਲ ਜਵਾਬ ਪੁੱਛੇਗਾ ਜਿਹਦੇ ਤੁਸੀਂ ਜਵਾਬ ਬਿਲਕੁਲ ਸਹੀ ਸਹੀ ਦੇਣੇ ਹੈ ਔਰ ਤੁਸੀਂ ਆਪਣੇ ਬਾਰੇ ਦੱਸਣਾ ਤੁਹਾਨੂੰ ਕਿੰਨੀ ਨੌਲੇਜ ਹੈ ਸਾਰਾ ਟ੍ਰੈਫਿਕ ਦੇ ਬਾਰੇ ਲੋਕ ਪ੍ਰਭਾਵਿਤ ਹੋਣਗੇ ਸਰ ਤੁਹਾਡੇ ਕੋਲੋਂ ਸਾਰਾ ਕੁਛ ਮੈਂ ਹੁਣੇ ਦੱਸਦਾ ਜੀ। ਉਹ ਮੈਂ ਹੌਲਦਾਰ ਲਾਟੂ ਲਾਈਟ ਸਿਸਟਮ ਦਾ ਬਹੁਤ ਧਿਆਨ ਰੱਖਦਾ ਉਹ ਸਾਰੀਆਂ ਇੱਕੋ ਰੰਗ ਦੀਆਂ ਲਾਈਆਂ ਯਾਰ ਆਹ ਰੈੱਡ ਕਰੋ ਆਹ ਯੈਲੋ ਕਰੋ ਆਹ ਗ੍ਰੀਨ ਕਰੋ ਉਹ ਗੱਬੇ ਕੈਮਰਾ ਲਾਇਆ ਗੱਡੀ ਬੱਜੂ ਵਿੱਚ ਆ ਕੇ ਉਹ ਸਰ ਜੀ ਉਹ 'ਚ ਤਾਂ ਛੇੜਦੇ ਉਹ ਸਰ ਜੀ ਉਹਦੇ 'ਚ ਹੀ ਸ਼ੂਟ ਕਰਨਾ ਸਰ ਇੱਦਾਂ ਲਾਈਟਾਂ ਲੈਣੀਆਂ ਤੁਸੀਂ ਸਰ ਰੁਕੋ ਤੇ ਸਹੀ ਤੁਸੀਂ ਮੇਰੀ ਗੱਲ ਤੇ ਸੁਣ ਲਓ ਪੂਰੀ ਸਰ ਉਹ ਸਾਡਾ ਕੈਮਰਾ ਇੱਥੇ ਇੰਟਰਵਿਊ ਹਲੇ ਸ਼ੁਰੂ ਹੀ ਨਹੀਂ ਹੋਈ ਜਦੋਂ ਮੈਂ ਤੁਹਾਨੂੰ ਕਹੂੰਗੀ ਕਿ ਸ਼ੁਰੂ ਹੈ ਉਸ ਤੋਂ ਬਾਅਦ ਤੁਸੀਂ ਇਹ ਸਭ ਕਰਨਾ ਸੀ ਸਰ ਦੱਸਿਆ ਕਰੋ ਨਾ ਮੈਡਮ ਜੀ। ਹਾਂਜੀ ਮੈਂ ਫੀਲਿੰਗ ਲੈ ਗਈ ਕੋਈ ਨਹੀਂ ਛੱਡਣੀ ਸਰ ਤੁਸੀਂ ਪਲੀਜ਼ ਬੈਠੋ। ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। 17:4 ਮਿੰਟ ਦਾ ਸਮਾਂ ਹੋ ਚੁੱਕਿਆ ਮੈਂ ਹਾਂ ਤੁਹਾਡਾ ਆਪਣਾ ਪੱਪੂ ਤੇ ਕੈਰੀ ਔਨ ਖਬਰਾਂ ਤੇ ਤੁਸੀਂ ਦੇਖ ਰਹੇ ਹੋ ਸਾਡੀ ਗੱਪ ਤੁਹਾਡੀ ਖੱਪ। ਪ੍ਰੋਗਰਾਮ ਸਾਡੀ ਗੱਪ ਤੁਹਾਡੀ ਖੱਪ ਦੇ ਵਿੱਚ ਅੱਜ ਸਾਡੇ ਨਾਲ ਬੈਠੇ ਹਨ ਉਹ ਸ਼ਖਸ ਜੋ ਚੌਂਕਾਂ ਦੇ ਵਿੱਚ ਸੜਕਾਂ ਦੇ ਉੱਤੇ ਇੰਨੀ ਟ੍ਰੈਫਿਕ ਨੂੰ ਕੰਟਰੋਲ ਕਰਦੇ ਹਨ। ਸੋ ਮੇਰੀ ਮੁਰਾਦ ਟ੍ਰੈਫਿਕ ਹਵਲਦਾਰ ਸਵਾਗਤ ਹੈ ਸਰ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਸਾਡੀ ਗੱਪ ਤੁਹਾਡੀ ਖੱਪ ਦੇ ਵਿੱਚ ਜੀ। ਸੋ ਸਭ ਤੋਂ ਜਿਹੜਾ ਮੇਰਾ ਪਹਿਲਾ ਸਵਾਲ ਉਹ ਤੁਹਾਨੂੰ ਇਹੀ ਹੈ ਕਿ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਲਾਟੂ। ਲਾਟੂ ਹੈ ਉਹ ਲਾਟੂ ਲਾਟੂ ਓਕੇ ਓਕੇ ਤੇ ਤੁਹਾਡੇ ਪਿਓ ਦਾ ਨਾਂ ਕੀ ਹੈ? ਬਾਥੂ ਹੈ ਉਹ ਬਾਥੂ। ਅੱਛਾ ਮਤਲਬ ਤੁਹਾਡਾ ਨਾਂ ਲਾਟੂ ਹੈ? ਹਾਂਜੀ। ਤੇ ਪਿਓ ਦਾ ਨਾਂ ਬਾਥੂ ਹੈ? ਹਾਂਜੀ ਹਾਂਜੀ। ਮਤਲਬ ਤੁਸੀਂ ਬਾਥੂ ਦੇ ਮੁੰਡੇ ਹੋ? ਹਾਂ ਹਾਂ ਸ਼੍ਰੀਮਾਨ ਜੀ। ਤੇ ਇਹਦਾ ਮਤਲਬ ਬਾਥੂ ਤੁਹਾਡਾ ਪਿਓ ਹੈ? ਤੈਨੂੰ ਦੱਸਿਆ ਯਾਰ ਬਾਥੂ ਬਾਥੂ ਮੇਰਾ ਪਿਓ ਆ। ਠੀਕ ਆ ਮਤਲਬ ਬਾਥੂ ਤੁਹਾਡਾ ਪਿਓ ਆ ਤੇ ਤੁਸੀਂ ਬਾਥੂ ਦੇ ਮੁੰਡੇ ਹੋ? ਉਹ ਜੇ ਬਾਥੂ ਮੇਰਾ ਪਿਓ ਹੋਇਆ ਤੇ ਮੈਂ ਉਹਦਾ ਮੁੰਡਾ ਹੀ ਹੋਇਆ ਨਾ ਯਾਰ। ਨਹੀਂ ਇਹ 'ਚ ਦੇਖੋ ਖਿਜਣ ਵਾਲੀ ਕਿਹੜੀ ਗੱਲ ਹੈ, ਤੁਸੀਂ ਚੌਂਕ 'ਚ ਨਹੀਂ ਖੜੇ ਹੈਗੇ, ਮੈਂ ਸਵਾਲ ਪੁੱਛ ਰਿਹਾ ਵਾਂ। ਅੱਛਾ ਇਹ ਦੱਸੋ ਵੀ ਬਾਥੂ ਨੂੰ ਕਦੋਂ ਪਤਾ ਲੱਗਿਆ ਵੀ ਤੁਸੀਂ ਉਹਦੇ ਮੁੰਡੇ ਹੋ? ਉਹ ਜਦੋਂ ਮੈਂ ਜੰਮਿਆ। ਅੱਛਾ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਬਾਥੂ ਤੁਹਾਡਾ ਪਿਓ? ਉਹ ਜਦੋਂ ਮੈਂ ਜੰਮ ਕੇ ਉੱਥੇ ਉਹ ਸਾਹਮਣੇ ਉੱਥੇ ਬੈਠਾ ਸੀ ਮੈਨੂੰ ਪਤਾ ਲੱਗ ਗਿਆ ਵੀ ਪਿਓ ਆ। ਤੁਸੀਂ ਜੰਮਦੇ ਹੀ ਬੈਠਣ ਲੱਗ ਪਏ ਸੀ? ਬਸ ਮੈਂ ਇੱਦਾਂ ਹੀ ਆ ਯਾਰ। ਮਤਲਬ ਬਾਥੂ ਤੁਹਾਡਾ ਪਿਓ ਆ? ਹਾਂ ਸ਼੍ਰੀਮਾਨ ਜੀ ਬਾਥੂ ਮੇਰਾ ਪਿਓ ਆ। ਤੇ ਤੁਸੀਂ ਲਾਟੂ ਬਾਥੂ ਦੇ ਮੁੰਡੇ ਹੋ? ਹਾਂ। ਬਾਥੂ ਨੂੰ ਕਿੱਥੋਂ ਪਤਾ ਲੱਗਿਆ ਸੀ ਵੀ ਤੁਸੀਂ ਉਹਦੇ ਮੁੰਡੇ ਹੋ? ਬਸ ਉਹਨੂੰ ਲੱਗ ਗਿਆ ਪਤਾ ਯਾਰ। ਕਿੱਥੋਂ ਪਤਾ ਲੱਗਿਆ? ਆਕਾਸ਼ਵਾਣੀ ਹੋਈ ਸੀ ਯਾਰ, ਮੇਰੀ ਮਾਂ ਨੇ ਦੱਸਿਆ ਸੀ ਉਹਨੂੰ। ਠੀਕ ਹੈ ਤੇ ਮਾਂ ਨੂੰ ਕਿੱਥੋਂ ਪਤਾ ਲੱਗਿਆ ਵੀ ਤੁਸੀਂ ਬਾਥੂ ਦੇ ਮੁੰਡੇ? ਉਹਨੂੰ ਵੀ ਬਸ ਇੱਧਰ ਉੱਧਰੋਂ ਪਤਾ ਲੱਗ ਗਿਆ ਸੀ। ਇੱਧਰ ਉੱਧਰੋਂ ਕਿੱਥੋਂ? ਮੇਲੇ 'ਚ ਹੋਏ ਤੁਸੀਂ? ਇੱਕ ਕਹੀ ਕੀ ਜਾ ਰਹੇ ਉਹਨੂੰ ਬਾਰ ਬਾਰ ਉਹੀ ਸਵਾਲ ਉਹੀ ਸਵਾਲ। ਮੈਂ ਤੈਨੂੰ ਦੱਸਾਂ ਵੀ
ਮੈਂ ਚੌਂਕ 'ਚ ਇੱਕ ਵਾਰੀ ਖੜਾ ਸੀ, ਇੱਦਾਂ ਹੀ ਬੰਦੇ ਨੇ ਮੈਨੂੰ ਕਲਪਾ ਦਿੱਤਾ, ਮੈਂ ਬੰਦੇ ਦਾ ਸਿਰ ਪਾੜ ਦਿੱਤਾ। ਦੇਖੋ ਮੈਂ ਜਾਣ ਬੁੱਝ ਕੇ ਨਾ ਪੁੱਛ ਰਿਹਾ ਸੀ, ਚੈੱਕ ਕਰ ਰਿਹਾ ਵੀ ਤੁਸੀਂ ਕੂਲ ਹੈਗੇ ਕਿ ਨਹੀਂ, ਕਿਉਂਕਿ ਜਿਹੜਾ ਟ੍ਰੈਫਿਕ ਵਾਲਾ ਬੰਦਾ ਨਾ ਉਹਨੂੰ ਬਹੁਤ ਕੂਲ ਹੋਣਾ ਚਾਹੀਦਾ। ਸੜਕਾਂ ਦੇ ਉੱਤੇ ਨਹੀਂ, ਟ੍ਰੈਫਿਕ ਸਾਹਮਣੀ ਇੰਨਾ ਕੜਮਾਸ ਹੁੰਦਾ ਲੋਕਾਂ ਦਾ, ਉਹਨੂੰ ਕੂਲ ਹੋਣਾ ਚਾਹੀਦਾ, ਪਰ ਤੁਸੀਂ ਕੂਲ ਨਹੀਂ ਹੈਗੇ। ਮੈਂ ਕੂਲ ਹਾਂ ਯਾਰ। ਨਹੀਂ ਨਹੀਂ ਨਹੀਂ, ਤੁਸੀਂ ਲੱਗ ਨਹੀਂ ਰਹੇ ਕੂਲ। ਤੈਨੂੰ ਦੱਸਿਆ ਨਾ, ਤੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕੂਲ ਹਾਂ। ਤੁਹਾਡੇ ਪਿਓ ਬਾਥੂ ਨੂੰ ਪਤਾ ਕਿ ਤੁਸੀਂ ਕੂਲ ਹੋ? ਹਾਂ, ਬਾਥੂ ਨੂੰ ਪਤਾ ਵੀ ਮੈਂ ਬਹੁਤ ਕੂਲ ਹਾਂ। ਪਰ ਇਸ ਵੇਲੇ ਤਾਂ ਬਾਥੂ ਇੱਥੇ ਹੈ ਨਹੀਂ, ਉਹਨੂੰ ਕਿੱਦਾਂ ਪਤਾ? ਉਹਨੂੰ ਯਾਰ ਸ਼ੁਰੂ ਤੋਂ ਪਤਾ ਵੀ ਮੈਂ ਕੂਲ ਹਾਂ। ਤੈਨੂੰ ਮੈਂ ਕਹੀ ਜਾਂਦਾ ਵੀ ਮੈਂ ਕੂਲ ਹਾਂ, ਕੂਲ ਹਾਂ। ਤੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕੂਲ ਹਾਂ ਯਾਰ। ਤੁਸੀਂ ਨਹੀਂ ਕੂਲ। ਓ ਯਾਰ ਮੈਂ ਕੂਲ ਹਾਂ, ਤੈਨੂੰ ਦੱਸਿਆ ਕੂਲ ਹਾਂ ਮੈਂ, ਬਸ ਕੂਲ ਹਾਂ ਮੈਂ। ਇੱਕ ਵਾਰੀ ਦੱਸਿਆ, ਦੋ ਵਾਰੀ ਦੱਸਿਆ, ਸਮਝ ਨਹੀਂ ਆਉਂਦੀ ਤੈਨੂੰ ਗੱਲ ਨੂੰ ਵੀ ਮੈਂ ਕੂਲ ਹਾਂ, ਕੂਲ ਹਾਂ, ਕੂਲ ਹਾਂ ਯਾਰ ਮੈਂ। ਚੱਲ ਤੂੰ ਸਵਾਲ ਪੁੱਛ ਅਗਲਾ। ਸੋ ਅਗਲਾ ਸਵਾਲ ਜਿਹੜਾ ਮੈਂ ਤੁਹਾਡੇ ਕੋਲੋਂ ਪੁੱਛਣ ਜਾ ਰਿਹਾ ਉਹ ਇਹ ਆ ਵੀ ਤੁਹਾਡੇ ਤੇ ਉਹ ਸ਼ਿਕਾਇਤ ਹੈ ਇੱਕ ਵੀ ਇੱਕ ਵਾਰੀ ਇੱਕ ਬੰਦੇ ਦੇ ਸਾਰੇ ਕਾਗਜ਼ ਪੂਰੇ ਸੀ, ਤੁਸੀਂ ਫਿਰ ਵੀ ਉਹਦਾ ਚਲਾਨ ਕੱਟ ਦਿੱਤਾ। ਕਾਗਜ਼ ਪੂਰੇ ਸੀ? ਕਿਹੜੇ ਕਾਗਜ਼ ਪੂਰੇ ਸੀ ਯਾਰ? 100 ਦਾ ਨੋਟ ਉਹ 'ਚ ਵਿੱਚ ਕੱਟ ਸੀਗਾ। ਮੈਂ ਸੁਣਿਆ ਵੀ ਜਿਹੜੇ ਟ੍ਰੈਫਿਕ ਵਾਲੇ ਹੁੰਦੇ ਆ ਉਹ ਬੜੇ ਇੰਟੈਲੀਜੈਂਟ ਹੁੰਦੇ ਆ। ਤੂੰ ਸੁਣਿਆ? ਤੂੰ ਠੀਕ ਸੁਣਿਆ, ਮੈਂ ਵੀ ਇੰਟੈਲੀਜੈਂਟ ਹਾਂ। ਦੇਖੋ ਉਹ ਤਾਂ ਅਸੀਂ ਪਤਾ ਕਰਾਂਗੇ ਨਾ ਤੁਹਾਡਾ ਟੈਸਟ ਲੈ ਕੇ ਕਿੰਨੇ ਕੁ ਇੰਟੈਲੀਜੈਂਟ ਹੋ ਤੁਸੀਂ। ਲਓ ਲਓ ਟੈਸਟ ਯਾਰ ਤੁਸੀਂ। ਓਕੇ, ਸੋ ਇਹ ਦੱਸੋ ਵੀ ਆਰ ਯੂ ਮੇਲ ਔਰ ਫੀਮੇਲ? ਹੈਂਜੀ। ਆਰ ਯੂ ਮੈਨ ਔਰ ਵੂਮੈਨ? ਉਹ ਮੈਂ ਨੇ ਯਾਰ ਇਹਨਾਂ ਗੱਲਾਂ 'ਚ ਵਿਸ਼ਵਾਸ ਕਰਦਾ, ਕੁਛ ਨਹੀਂ ਰੱਖਿਆ ਇਹਨਾਂ ਚੀਜ਼ਾਂ 'ਚ। ਮੇਰਾ ਮਤਲਬ ਕਹਿੰਦਾ ਵੀ ਆਰ ਯੂ ਹੀ ਔਰ ਸ਼ੀ? ਹਾਂਜੀ, ਮੈਂ ਸਵੇਰੇ ਤਕਰੀਬਨ 8 ਵਜੇ ਡਿਊਟੀ 'ਤੇ ਆ ਜਾਂਦਾ ਅਤੇ ਸ਼ਾਮੀ 8 ਵਜੇ ਮੈਂ ਘਰ ਚਲੇ ਜਾਂਦਾ। ਇਹਦਾ ਮਤਲਬ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ? ਆ ਤਾਂ ਨਹੀਂ ਆਉਂਦੀ। ਮਤਲਬ ਕਿ ਤੁਸੀਂ ਸਿਫਾਰਿਸ਼ ਨਾਲ ਲੱਗੇ ਹੋ? ਹਾਂ ਲੱਗਾ। ਸੋ ਦੇਖਿਆ ਤੁਸੀਂ, ਤੁਸੀਂ ਸਿਫਾਰਿਸ਼ ਨਾਲ ਲੱਗੇ ਹੋ ਅਤੇ ਤੁਸੀਂ ਉਸ ਬੰਦੇ ਦੀ ਨੌਕਰੀ ਮਾਰ ਲਈ ਜਿਹੜਾ ਮਿਹਨਤ ਕਰਕੇ, ਪੜ੍ਹਾਈ ਲਿਖਾਈ ਕਰਕੇ, ਇੰਟਰਵਿਊ ਦੇ ਕੇ, ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਉਹਨੂੰ ਸਿਰਫ ਨੌਕਰੀ ਤਾਂ ਕਰਕੇ ਨਹੀਂ ਮਿਲੀ ਕਿਉਂਕਿ ਉਹਦੇ ਕੋਲ ਸਿਫਾਰਿਸ਼ ਨਹੀਂ ਸੀ। ਨਹੀਂ ਸੀ ਸਿਫਾਰਿਸ਼ ਅਤੇ ਮੇਰਾ ਕਸੂਰ ਆ? ਉਹਦਾ ਕਸੂਰ ਆ ਜੇ ਕੋਈ ਸਿਫਾਰਿਸ਼ ਨਹੀਂ ਸੀ? ਇੱਥੇ ਸਿਫਾਰਿਸ਼ ਜ਼ਰੂਰੀ ਆ, ਮੇਰੇ ਕੋਲ ਸੀਗੀ, ਮੈਂ ਲੱਗ ਗਿਆ, ਇਹ ਮੇਰੀ ਕਾਬਲੀਅਤ ਸੀ। ਤੁਹਾਨੂੰ ਇਸ ਗੱਲ 'ਤੇ ਗਰਵ ਹੈ ਕਿ ਤੁਹਾਡੇ ਕੋਲ ਸਿਫਾਰਿਸ਼ ਸੀ? ਹਾਂ ਸੀਗੀ। ਅਤੇ ਤੁਹਾਡੀ ਇਹ ਸਿਫਾਰਿਸ਼ ਤੁਹਾਡੇ ਪਿਓ ਬਾਥੂ ਨੇ ਪਵਾਈ? ਮੇਰੇ ਪਿਓ ਬਾਥੂ ਨੇ ਸਿਫਾਰਿਸ਼ ਕੀਤੀ ਸੀ। ਅਤੇ ਇਹ ਉਹੀ ਬਾਥੂ ਸੀ ਜਿਹੜਾ ਜੰਮਣ ਵੇਲੇ ਤੁਹਾਡਾ ਪਿਓ ਸੀ? ਆਹੋ ਯਾਰ ਉਹੀ ਪਿਓ ਸੀ ਕਿ ਹੁਣ ਨੌਕਰੀ ਲੱਗਣ ਲੱਗੇ ਪਿਓ ਬਦਲਾਉਣਾ ਮੈਂ? ਨਹੀਂ ਮੈਂ ਸਿਰਫ ਪੁੱਛਿਆ ਤੁਸੀਂ ਕਿਆ ਕੂਲ ਹੋ, ਕੂਲ ਰਹੋ ਤੁਸੀਂ। ਕੂਲ ਇੰਨੀ ਔਖੀ ਹੋਣ ਵਾਲੀ ਕਿਹੜੀ ਗੱਲ ਹੈ? ਜੇ ਉਹਦੇ ਕੋਲ ਮੰਨ ਲਓ ਤੁਹਾਡੇ ਕੋਲ ਸਿਫਾਰਿਸ਼ ਸੀ, ਠੀਕ ਹੈ ਨਾ, ਤੁਸੀਂ ਕਹਿੰਦੇ ਉਹਦੇ ਕੋਲ ਸਿਫਾਰਿਸ਼ ਨਹੀਂ ਸੀ, ਸਿਫਾਰਿਸ਼ ਤੋਂ ਇਲਾਵਾ ਤੁਹਾਡੇ ਕੋਲ ਕੋਰਸ ਹੋਰ ਵੀ ਹੈਗਾ ਸੀ? ਹੈ ਤੁਹਾਡੇ ਕੋਲ ਕੁਛ ਹੋਰ? ਮੇਰੇ ਕੋਲ ਕੀ ਆ ਦਿਖਾਵਾਂ? ਕੀ? ਇਹ ਆ ਤੁਹਾਡੇ ਸਾਰੇ ਦਫ਼ਤਰ ਵਾਲੇ ਦੇ ਚਲਾਨ, ਕਿਸੇ ਦਾ ਆਰ ਸੀ ਦਾ, ਕਿਸੇ ਦਾ ਨੰਬਰ ਪਲੇਟ ਦਾ, ਅਤੇ ਕਿਸੇ ਦੀ ਪੋਲਿਊਸ਼ਨ ਹੈ ਨਹੀਂ, ਕਿਸੇ ਕੋਲ ਲਾਇਸੈਂਸ ਹੀ ਹੈ ਨਹੀਂ, ਅਤੇ ਆ ਤੇਰਾ ਚਲਾਨ। ਮੇਰਾ ਚਲਾਨ? ਮੇਰੇ ਕੋਲ ਤਾਂ ਗੱਡੀ ਨਹੀਂ ਹੈਗੀ। ਉਹ ਤੇਰੀ ਸ਼ਕਲ ਤੋਂ ਦੀਦਾ ਗੱਡੀ ਹੈ ਨਹੀਂ, ਅਤੇ ਹੁਣ ਸਮਝਿਆ ਵੀ ਮੇਰੇ ਕੋਲ ਕੀ ਆ?
ਇਹਨੂੰ ਕਹਿੰਦੇ ਵੀ ਮੈਂ ਕੂਲ ਆ ਕੂਲ ਸੋ ਕੂਲ ਆ ਕੂਲ ਤੇਰਾ ਚੱਕ ਕੂਲ ਸੋ ਤੁਸੀਂ ਦੇਖ ਰਹੇ ਸੀ ਸਾਡੀ ਗੱਪ ਤੁਹਾਡੀ ਖੱਪ ਕੈਮਰਾਮੈਨ ਮੁੰਨਾ ਦੇ ਨਾਲ ਮੈਂ ਪੱਪੂ ਤੇ ਮੇਰੇ ਨਾਲ ਸੀ ਬਾਥੂ ਦਾ ਮੁੰਡਾ ਲਾਟੂ ਕੂਲ ਕੂਲ ਬਾਥੂ ਦਾ ਮੁੰਡਾ ਲਾਟੂ ਕੂਲ ਮੈਂ ਕੂਲ ਬਾਥੂ ਵੀ ਇਹਨਾਂ ਕੂਲ ਕੂਲ ਕੱਟ ਕਰ ਲੈ ਯਾਰ ਕੱਟ ਕਰ ਲੈ ਮੁੰਨਾ ਇਹਨੂੰ ਲਾ ਇਹਨੂੰ ਲਾ ਛੇਤੀ ਇਹਨੂੰ ਲਾ ਮੈਨੂੰ ਲੱਗ ਰਿਹਾ ਸਾਨੂੰ ਜਾਣਾ ਪੈਣਾ ਲੜ ਪਏ ਚੱਲ ਚੱਲ ਕੱਟ 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 ਉਹ ਤੂੰ ਕੱਟ ਕਿਉਂ ਕਰ ਦਿੱਤਾ ਲੈ ਉਹ ਸਾਡਾ ਸਾਰਿਆਂ ਦਾ ਚਲਾਨ ਕੱਟਣ ਨੂੰ ਫਿਰਦਾ ਮੈਂ ਸ਼ੋਅ ਨਾ ਕੱਟ ਕਰਾਂ ਅੱਛਾ ਲੱਟੂ ਜੀ ਤੁਸੀਂ ਦੇਖੋ ਸਾਡਾ ਨਾ ਕਿਸੇ ਦਾ ਚਲਾਨ ਨਾ ਕੱਟੋ ਅਸੀਂ ਜਿਹੜੀ ਤੁਹਾਡੀ ਇੰਟਰਵਿਊ ਨਾ ਆਪਣੇ ਚੈਨਲ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਚਲਾ ਦਾਂਗੇ ਨਾ ਨਾ ਮੈਡਮ ਜੀ ਇਹ ਤਾਂ ਹੁਣ ਇੱਕੋ ਹੀ ਸ਼ਰਤ ਹੋ ਸਕਦਾ ਭਈ ਮੈਨੂੰ ਕੋਈ ਵੱਡਾ ਜਿਹਾ ਚਲਾਨ ਦਿਓ ਕਿ ਮੇਰਾ ਟਾਰਗੇਟ ਪੂਰਾ ਹੋਵੇ ਫਿਰ ਜੇ ਤੁਸੀਂ ਚਲਾਨ ਕੱਟਣਾ ਤੇ ਬਿੱਲੂ ਸਰ ਦੀ ਗੱਡੀ ਦਾ ਹੀ ਕੱਟ ਦਿਓ ਓਏ ਉਹਦਾ ਚਲਾਨ ਐਵੇਂ ਹੀ ਕੱਟਦੀ ਓਏ ਉਹਦੇ ਸਾਰੇ ਕਾਗਜ਼ ਪੂਰੇ ਆ ਕਾਗਜ਼ ਤਾਂ ਪੂਰੇ ਆ ਜੀ ਪਰ ਗੱਡੀ ਯਾਲੀ ਆ ਯਾਨੀ ਕਿ ਕਿਸੇ ਦੀ ਗੱਡੀ ਤੇ ਕਬਜ਼ਾ ਕੀਤਾ ਉਹਨਾਂ ਨੇ ਹਾਂਜੀ 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 ਸੱਚੀ ਓਏ ਹਾਂਜੀ ਫਿਰ ਗੱਡੀ ਨਹੀਂ ਬੌਂਡ ਕਰਨੀ ਬੰਦਾ ਵੀ ਚੱਕਣਾ ਪੈਣਾ ਤੁਹਾਡੇ ਤੋਂ ਮੈਂ ਪਹਿਲਾਂ ਕਿਹਾ ਸੀ ਵੀ ਜਿਹੜਾ ਬੰਦਾ ਮੇਰੀਆਂ ਨਜ਼ਰਾਂ 'ਚ ਆਉਂਦਾ ਮੁੜ ਕੇ ਦੂਰਦਰਸ਼ਨ ਦੀਆਂ 6:30 ਦੀਆਂ ਖਬਰਾਂ 'ਚ ਹੀ ਆਉਂਦਾ ਕਿੱਥੇ ਆ ਬਿੱਲੂ ਲਿਆਵਾਂ ਤੈਨੂੰ ਖਬਰਾਂ 'ਚ ਯਾਰ ਤੁਹਾਡਾ ਦਿਮਾਗ ਖਰਾਬ ਆ ਜੇ ਬਿੱਲੂ ਸਰ ਦੀ ਗੱਡੀ ਨੂੰ ਕੁਛ ਹੋ ਗਿਆ ਨਾ ਉਹ ਬਿੱਲੂ ਨੂੰ ਕੁਛ ਹੋ ਗਿਆ ਕੀ ਬੋਲੀ ਜਾਂਦਾ ਉਹ ਗੱਡੀ ਦੇ ਨਾਲ ਨਾਲ ਸਾਰਾ ਚੈਨਲ ਬਾਉਂਡ ਹੋਏ ਨਾ ਫੜੋ ਉਹਨੂੰ ਮੇਰਾ ਨਾਂ ਨਾ ਲਿਓ ਕਾਲੀਆਂ ਚਿੱਟੀਆਂ ਖੱਟੀਆਂ ਮਿੱਟੀਆਂ ਆਉਣ ਲੱਗੀਆਂ ਖਬਰਾਂ ਅੱਜ ਕੱਲ ਆਉਣ ਲੱਗੀਆਂ ਖਬਰਾਂ ਕੈਰੀ ਆਨ ਖਬਰਾਂ ਕੈਰੀ ਆਨ ਖਬਰਾਂ ਕੈਰੀ ਆਨ ਕੈਰੀ ਆਨ ਕੈਰੀ ਆਨ ਖਬਰਾਂ ਕੈਰੀ ਆਨ ਖਬਰਾਂ ਕੈਰੀ ਆਨ ਖਬਰਾਂ ਕੈਰੀ ਆਨ ਕੈਰੀ